ਕੱਤੇ ਚਿਰਿਆ ਕਲਫਰੈਂਡ ਕਹਾਣੀ ਸਿਆਣੀ मुन्नी ਲੇਖਕ ਫਕੀਰ ਚੰਦ ਸ਼ੁਕਲਾ ਦਿੱਲੀ ਤੋਂ ਰਾਜੂ ਦੇ ਮਾਮਾ ਜੀ ਆਏ ਹੋਏ ਸਨ ਅੱਜ ਸਵੇਰੇ ਵਾਪਸ ਜਾਣ ਲੱਗਿਆ ਉਹਨਾਂ ਰਾਜੂ ਅਤੇ ਉਸਦੀ ਛੋਟੀ ਭੈਣ मुन्नी ਨੂੰ 50-50 ਰੁਪਏ ਖਰਚਣ ਲਈ ਦਿੱਤੇ ਦੋਵੇਂ ਜਾਣੇ ਖੁਸ਼ੀ ਨਾਲ ਖੇੜ ਉੱਠੇ ਰਾਜੂ ਨੇ ਆਪਣੇ ਲਈ ਰੰਗਾਂ ਦਾ ਪੈਗਟ ਤੇ मुन्नी ਨੇ ਜਿਓਮੈਟਰੀ ਬਾਕਸ ਖਰੀਦਣਾ ਸੀ ਭਾਵੇਂ ਪੈਸੇ ਮਿਲਣ ਤੇ ਰਾਜੂ ਖੁਸ਼ ਸੀ ਪਰ मुन्नी ਨਾਲ ਬਾਜ਼ਾਰ ਜਾਣਾ ਉਸ ਨੂੰ ਰੱਤਾ ਵੀ ਚੰਗਾ ਨਹੀਂ ਸੀ ਲੱਗਦਾ ਮੁੰਨੀ ਨਾਲ ਬਾਜ਼ਾਰ ਜਾਣ ਵਿੱਚ ਉਹ ਇੱਕ ਤਰ੍ਹਾਂ ਨਾਲ ਬੇਸਤੀ ਮਹਿਸੂਸ ਕਰਦਾ ਸੀ ਕਿਉਂਕਿ ਮੁੰਨੀ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਦੁਕਾਨਦਾਰ ਤੋਂ ਸਦਾ ਮੁੱਲ ਪੁੱਛਦੀ ਹੈ ਅਤੇ ਫਿਰ ਚੀਜ਼ ਦਾ ਮੁੱਲ ਤੈਅ ਕਰਦੀ ਹੈ ਰਾਜੂ ਨੂੰ ਲੱਗਦਾ ਹੈ ਕਿ ਇੰਜ ਪੁੱਛਣ ਨਾਲ ਦੁਕਾਨਦਾਰ ਕਿਤੇ ਉਹਨਾਂ ਨੂੰ ਭੁੱਖਾ ਨੰਗਾ ਹੀ ਨਾ ਸਮਝ ਲਵੇ ਉਸ ਅਨੁਸਾਰ ਜਦੋਂ ਦੁਕਾਨਦਾਰ ਨੇ ਚੀਜ਼ ਤੇ ਮੁੱਲ ਲਿਖਿਆ ਹੁੰਦਾ ਫਿਰ ਪੈਸੇ ਘੱਟ ਕਰਨ ਲਈ ਆਖਣਾ ਰਾਜੂ ਨੂੰ ਉੱਕਾ ਹੀ ਚੰਗਾ ਨਹੀਂ ਲੱਗਦਾ ਅੱਜ ਵੀ ਉਹ मुन्नी ਨਾਲ ਬਾਜ਼ਾਰ ਜਾਣ ਤੋਂ ਕਤਰਾ ਰਿਹਾ ਸੀ ਪਰ ਜਦੋਂ ਉਹ मुन्नी ਨਾਲ ਨਾ ਜਾਣ ਲਈ ਬਹਾਨੇ ਮਾਨੇ ਸ਼ੁਰੂ ਕੀਤੇ ਤਾਂ ਮੰਮੀ ਨੇ ਉਸ ਨੂੰ ਰਤਾ ਖਿੱਚ ਕੇ ਆਖਿਆ ਸੀ ਇਹ ਤੈਨੂੰ ਕੀ ਕਹਿੰਦੀ ਹੈ ਨਾਲੇ ਇਹਨੇ ਤੇਰੀਆਂ ਲੱਤਾਂ ਨਾਲ ਤੋਰ ਕੇ ਨਹੀਂ ਜਾਣਾ ਐਵੇਂ ਨਾ ਫਜ਼ੂਲ ਦੀਆਂ ਗੱਲਾਂ ਤੇ ਅੜੀ ਕਰਿਆ ਕਰ ਆਖਿਰ ਮਜਬੂਰ ਹੋ ਕੇ ਉਹ मुन्नी ਨੂੰ ਨਾਲ ਲੈ ਕੇ ਹੀ ਜਾਣਾ ਪਿਆ ਪਰ ਘਰੋਂ ਬਾਹਰ ਆਉਂਦਿਆਂ ਸਾਰ ਹੀ ਉਸ मुन्नी ਨੂੰ ਸਾਫ ਆਖ ਦਿੱਤਾ ਸੀ ਰਤਾ ਕੰਨ ਖੋਲ ਕੇ ਸੁਣ ਲੈ ਮੁੰਨੀ ਦੀਏ ਬੱਚੀਏ ਮੇਰੇ ਨਾਲ ਜਾਣਾ ਤਾਂ ਉੱਥੇ ਐਵੇਂ ਨਾ ਦੁਕਾਨਦਾਰ ਨਾਲ 1-2 ਰੁਪਏ ਦੀ ਬਹਿਸ ਕਰੀ ਜਾਈਂ ਦੁਕਾਨਦਾਰ ਨਾਲ ਗੱਲ ਤਾਂ ਮੈਂ ਕਰਨੀ ਐ ਤੈਨੂੰ ਕੀ ਹੁੰਦਾ ਮੁੰਨੀ ਨੇ ਵੀ ਰਤਾ ਖਿੱਚ ਕੇ ਕਿਹਾ ਪਤਾ ਕਿਉਂ ਨਹੀਂ ਐਵੇਂ 50-50 ਪੈਸੇ ਲਈ ਕਹੀ ਜਾਈਏ ਕੀ ਤੂੰ ਜ਼ਿਆਦਾ ਮੰਗਦਾ ਇੰਜ ਤਾਂ ਉਹ ਸਮਝੇਗਾ ਕਿ ਇਹ ਗਰੀਬ ਬੰਦੇ ਨੇ ਰਹਿੰਦੇ ਰਹਿੰਦੇ ਆਪਣੀ ਫਿਲਾਸਫੀ ਨੂੰ ਜੇ ਦੁਕਾਨਦਾਰ ਨੂੰ ਮੂੰਹ ਮੰਗੇ ਪੈਸੇ ਦੇਾਂਗੇ ਤਾਂ ਕੀ ਉਹ ਸਾਨੂੰ ਅਮੀਰ ਸਮਝਣ ਲੱਗ ਜਾਵੇਗਾ ਨਾਲੇ ਸਾਡੇ ਪੂਜਾ ਮੈਡਮ ਕਹਿੰਦੇ ਨੇ ਸਾਨੂੰ ਜ਼ਰੂਰ ਬਚਤ ਕਰਨੀ ਚਾਹੀਦੀ ਹੈ ਕੀ ਪਤਾ ਲੋੜ ਪਿਆ ਜਾਵੇ ਤੇਰੇ ਇੰਜ ਇੱਕ ਦੋਰ ਪਿਆ ਨਾਲ ਤਾਂ ਬਹੁਤ ਬਚਤ ਹੋ ਜਾਵੇਗੀ ਰਾਜੂ ਨੇ ਜਿਵੇਂ ਉਸ ਦਾ ਮਖੌਲ ਉਡਾਉਂਦਿਆ ਕਿਹਾ ਬੱਥੇਰੀ ਹੋ ਜਾਵੇਗੀ ਸਾਡੇ ਪੂਜਾ ਮੈਡਮ ਕਹਿੰਦੇ ਨੇ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਹੈ ਇਸੇ ਤਰ੍ਹਾਂ ਬੈਸ ਕਰਦਿਆਂ ਉਹ ਬਾਜ਼ਾਰ ਜਾ ਪੁੱਜੇ ਪਹਿਲਾ ਮੁੰਨੀ ਨੇ ਜਿਓਮੈਟਰੀ ਬਾਕਸ ਖਰੀਦਨਾ ਸੀ ਦੁਕਾਨਦਾਰ ਨੇ ਉਸ ਨੂੰ ਦੋ ਤਿੰਨ ਤਰ੍ਹਾਂ ਦੇ ਜਿਓਮੈਟਰੀ ਬਾਕਸ ਵਿਖਾਏ ਮੁੰਨੀ ਨੇ ਉਹਨਾਂ ਚੋਂ ਇੱਕ ਪਸੰਦ ਕਰ ਲਿਆ ਉਸ ਤੇ ਲਿਖਿਆ ਮੁੱਲ ਪੜਿਆ ਉਥੇ 28 ਰੁਪਏ ਛਪੇ ਹੋਏ ਸਨ ਪਰ ਦੁਕਾਨਦਾਰ ਨੇ ਪੈਨ ਨਾਲ ਕੱਟ ਕੇ 35 ਰੁਪਏ ਕੀਤੇ ਹੋਏ ਸਨ ਅੰਕਲ ਜੀ ਇਸ ਤੇ ਤਾਂ 28 ਰੁਪਏ ਛਪੇ ਹੋਏ ਨੇ ਇਹ ਤਾਂ ਬੇਟੇ ਪੁਰਾਣਾ ਮੁੱਲ ਹੈ ਹੁਣ ਤਾਂ ਮੁੱਲ ਵੱਧ ਗਿਆ ਏ ਦੁਕਾਨਦਾਰ ਨੇ ਦੱਸਿਆ ਅੰਕਲ ਜੀ ਇਹ ਤਾਂ ਤੁਸੀਂ ਉਹ ਕੱਟ ਕੇ ਲਿਖਿਆ ਜੇ ਕੰਪਨੀ ਵੱਲੋਂ ਮੁੱਲ ਵਧਾਇਆ ਹੁੰਦਾ ਤਾਂ ਉਹਨਾਂ ਇਸ ਉੱਤੇ ਖੁਦ ਛਾਪਿਆ ਹੋਣਾ ਸੀ ਮੁੰਨੀ ਨੇ ਆਪਣੀ ਦਲੀਲ ਦਿੱਤੀ ਇਹ ਤਾਂ ਬੀਤੇ ਪੁਰਾਣੇ ਪੀਸ ਪਏ ਨੇ ਇਸ ਲਈ ਪੁਰਾਣਾ ਮੁੱਲ ਛਪਿਆ ਹੋਇਆ ਹੈ ਅੰਕਲ ਜੀ ਜੇ ਪੁਰਾਣੇ ਪੀਸ ਪਏ ਨੇ ਫੇਰ ਤਾਂ ਤੁਹਾਨੂੰ ਮੇਥੋਂ ਉਸੇ ਹਿਸਾਬ ਨਾਲ ਪੈਸੇ ਲੈਣੇ ਚਾਹੀਦੇ ਨੇ ਪਲ ਪਰ ਲਈ ਦੁਕਾਨਦਾਰ ਵੀ ਸੋਚੀ ਪੈ ਗਿਆ ਸੀ ਉਧਰ ਰਾਜੂ ਨੂੰ ਮੁੰਨੀ ਉਤੇ ਬੜਾ ਗੁੱਸਾ ਆ ਰਿਹਾ ਸੀ ਐਵੇਂ 2-4 ਰੁਪਏ ਲਈ ਵੇਚ ਕਰੀ ਜਾ ਰਹੀ ਹੈ ਉੰਜ ਤਾਂ ਬੇਟੇ ਹੁਣ ਦਾ ਮੁੱਲ 35 ਰੁਪਏ ਹੈ ਪਰ ਤੂੰ 2-3 ਰੁਪਏ ਘੱਟ ਦੇ ਦੇ ਦੁਕਾਨਦਾਰ ਨੇ ਜਿਵੇਂ ਆਪਣਾ ਫੈਸਲਾ ਸੁਣਾ ਦਿੱਤਾ ਸੀ ਨਹੀਂ ਅੰਕਲ ਜੀ ਇਹ ਤਾਂ ਕੋਈ ਗੱਲ ਨਹੀਂ ਹੋਈ ਮੈਂ ਤਾਂ ਜਿੰਨੇ ਪੈਸੇ ਇਸ ਤੇ ਛੱਪੇ ਹੋਏ ਨੇ ਉਨੇ ਦੇਵਾਂਗੀ ਮੁੰਨੀ ਨੇ ਵੀ ਜਿਵੇਂ ਆਪਣਾ ਫੈਸਲਾ ਸੁਣਾ ਦਿੱਤਾ ਸੀ ਦੁਕਾਨਦਾਰ ਨੇ ਇੱਕ ਪਲ ਲਈ ਸੋਚਿਆ ਫਿਰ ਹੱਸਦਿਆ ਹੋਇਆ ਬੋਲਿਆ ਲਿਆ ਬੇਟਾ ਠਾਈ ਦੇ ਦੇ ਪਰ ਤੂੰ ਕੁੜੀ ਬੜੀ ਸਿਆਣੀ ਲੱਗਦੀ ਐ ਇਹ ਕਹਿ ਕੇ ਦੁਕਾਨਦਾਰ ਨੇ ਜਮੈਟਰੀ ਬਾਕਸ ਉਸ ਵੱਲ ਵਧਾ ਦਿੱਤਾ ਮੁੰਨੀ ਨੇ ਪੈਸੇ ਦਿੱਤੇ ਅਤੇ ਜਮੈਟਰੀ ਬਾਕਸ ਲੈ ਕੇ ਦੁਕਾਨ ਤੋਂ ਬਾਹਰ ਆ ਗਈ ਦੁਕਾਨ ਤੋਂ ਬਾਹਰ ਆਉਣ ਤੇ ਰਾਜੂ ਇੱਕਦਮ ਖਿੱਚ ਕੇ ਬੋਲਿਆ ਨਾ ਹੁਣ 5-7 ਰੁਪਏ ਚ ਤੂੰ ਬਹੁਤ ਅਮੀਰ ਬਣ ਗਈ ਐ ਹਾਂ ਬਣ ਗਈ ਆ ਇਹ ਕਪਲ ਚੁੱਪ ਰਹਿਣ ਮਗਰੋਂ ਉਸ ਆਖਿਆ ਤੇਰੀ ਸੋਚ ਹੀ ਅਜੀਬ ਐ ਜੇ 5-7 ਰੁਪਇਆ ਨਾਲ ਮੈਂ ਅਮੀਰ ਨਹੀਂ ਬਣ ਗਈ ਤਾਂ ਦੁਕਾਨਦਾਰ ਕਿਹੜਾ ਕਰੀਬ ਹੋ ਗਿਆ ਤੇ ਨਾਲੇ ਐਵੇਂ ਪੈਸੇ ਲਟਾਉਣ ਦਾ ਕੀ ਲਾਭ ਰਹਿਣ ਦੇ ਤੂੰ ਆਪਣੀ ਫਲਸਫੀ ਨੂੰ ਥੋੜਾ ਰੁਕ ਕੇ ਰਾਜੂ ਬੋਲਿਆ ਹੁਣ ਮੈਂ ਆਪਣੇ ਲਈ ਰੰਗ ਖਰੀਦਣੇ ਨੇ ਐਵੇਂ ਨਾ ਉਥੇ ਬੁੜਬੁੜ ਕਰੀ ਜਾਈਂ ਨਾ ਰੰਗ ਇਸ ਤੂੰ ਇਸ ਦੁਕਾਨ ਤੋਂ ਵੀ ਤਾਂ ਖਰੀਦ ਸਕਦਾ ਮੇਰੀ ਮਰਜ਼ੀ ਮੈਂ ਜਿੱਥੋਂ ਮਰਜ਼ੀ ਖਰੀਦਾਂ ਰਾਜੂ ਖਿੱਚ ਕੇ ਬੋਲਿਆ ਮੈਨੂੰ ਕੀ ਉਜਾੜੀ ਜਾ ਜਿੰਨੇ ਮਰਜ਼ੀ ਪੈਸੇ ਉਜਾੜਨੇ ਨੇ मुन्नी ਨੇ ਵੀ ਉਸੇ ਤਰ੍ਹਾਂ ਖਿੱਚ ਕੇ ਆਖਿਆ ਸੀ ਇਸੇ ਤਰ੍ਹਾਂ ਦੋਵੇਂ ਭੈਣ ਭਰਾ ਦੀ ਅਕਸਰ ਇਸ ਗੱਲ ਤੇ ਲੜਾਈ ਹੁੰਦੀ ਰਹਿੰਦੀ ਸੀ ਰਾਜੂ ਤੇ मुन्नी ਦੇ ਪਾਪਾ ਕਿਸੇ ਕੰਪਨੀ ਵਿੱਚ ਸੇਲ ਏਜੰਟ ਦੇ ਤੌਰ ਤੇ ਕੰਮ ਕਰਦੇ ਸਨ ਅਤੇ ਜ਼ਿਆਦਾਤਰ ਘਰੋਂ ਬਾਹਰ ਟੂਰਤੇ ਰਹਿੰਦੇ ਸਨ ਮੁੰਨੀ ਭਾਵੇਂ ਰਾਜੂ ਤੋਂ 1 ਸਾਲ ਛੋਟੀ ਹੈ ਪਰ ਦੋਵੇਂ ਇੱਕੋ ਸਕੂਲ ਤੇ ਇੱਕੋ ਜਮਾਤ ਵਿੱਚ ਪੜਦੇ ਹਨ ਇੱਕ ਦਿਨ ਜਮਾਤ ਵਿੱਚ ਮਿਸ ਨੇ ਸਾਰੇ ਬੱਚਿਆਂ ਨੂੰ ਸਾਵਧਾਨ ਕਰਦਿਆਂ ਕਿ ਆ ਸੀ ਪਿਆਰੇ ਬੱਚਿਓ ਅੱਜਕੱਲ ਤੀਜ ਤਿਹਾਰ ਆ ਰਹੇ ਨੇ ਤੁਸੀਂ ਮੇਲੇ ਜ਼ਰੂਰ ਜਾਇਓ ਪਰ ਉੱਥੇ ਖਾਣ ਪੀਣ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰਿਓ ਕਿਉਂਕਿ ਮੇਲੇ ਵਿੱਚ ਅਕਸਰ ਨੰਗੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਇਸ ਤਰ੍ਹਾਂ ਉਹ ਖਾਣ ਨਾਲ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ ਇੱਕ ਦਿਨ ਰਾਜੂ ਤੇ मुन्नी ਦੋਵੇਂ ਭੈਣ ਭਰਾ ਦਰੇਸੀ ਦੇ ਮੈਦਾਨ ਵਿੱਚ ਮੇਲਾ ਵੇਖਣ ਗਏ ਰਾਜੂ ਭਲਾ ਚਟਕੋਰੀਆਂ ਚੀਜ਼ਾਂ ਖਾਣ ਤੋਂ ਕਿਵੇਂ ਰਹਿ ਸਕਦਾ ਸੀ ਇੱਕ ਜਗ੍ਹਾ ਗੋਲ ਗੱਪਿਆਂ ਤੇ ਚਾਟ ਦੀ ਰੇੜੀ ਵੇਖ ਕੇ ਉਹ ਆਪਣੇ ਆਪ ਨੂੰ ਕਾਬੂ ਨਾ ਰੱਖ ਸਕਿਆ मुन्नी ਦੇ ਟੋਕਨ ਤੇ ਉਹ ਬੋਲਿਆ ਆਹ ਭਾਈ ਨੇ ਗੋਲ ਗੱਪੇ ਟੱਕੇ ਹੋਏ ਨੇ ਬਾਕੀ ਸਾਰੀਆਂ ਵਸਤੂਆਂ ਤਾਂ ਨੰਗੀਆਂ ਪਈਆਂ ਨੇ ਨਾਲੇ ਵੇਖ ਤਾ ਸਹੀ ਕਿਵੇਂ ਲੱਗੇ ਹੀ ਗੰਦੀ ਨਾਲੀ ਵਗ ਰਹੀ ਹੈ ਕਿੰਨੀ ਬਦਬੂ ਆ ਰਹੀ ਹੈ ਤੇ ਤੂੰ ਇੱਥੇ ਖੜ ਕੇ ਕੁਝ ਖਾਣਾ ਚਾਹੁੰਨਾ ਮੁੰਨੀ ਨੇ ਸਮਝਾਉਂਦਿਆ ਕਿਹਾ ਤੈਨੂੰ ਤਾਂ ਭਾਸ਼ਣ ਦੇਣ ਦੀ ਆਦਤ ਹੈ ਹੋਰ ਲੋਕੀ ਵੀ ਤਾਂ ਖਾ ਰਹੇ ਨੇ ਰਾਜੂ ਨੇ ਮੇਲੇ ਵਿੱਚ ਖੂਬ ਚਟਕੋਰੀਆਂ ਚੀਜ਼ਾਂ ਖਾਧੀਆਂ ਕਈ ਤਰ੍ਹਾਂ ਦੇ ਰੰਗਾਂ ਵਾਲੀਆਂ ਸੋਡੇ ਦੀਆਂ ਬੋਤਲਾਂ ਪੀਤੀਆਂ ਪਰ ਮੁੰਨੀ ਨੇ ਬਸ ਇੱਕ ਦੋ ਝੂਟੇ ਲਏ ਤੇ ਜਾਦੂ ਦਾ ਖੇਲ ਵੇਖਿਆ ਸ਼ਾਮ ਤੱਕ ਉਹ ਘਰ ਪਰਤ ਆਏ ਸਨ ਰਾਤ ਨੂੰ ਪਤਾ ਨਹੀਂ ਰਾਜੂ ਨੂੰ ਕੀ ਹੋ ਗਿਆ ਸੀ ਰਾਜੂ ਨੂੰ ਇੱਕੋ ਸਾਹ ਉਲਟੀਆਂ ਆਉਣ ਲੱਗੀਆਂ ਤੇ ਢਿੱਡ ਵਿੱਚ ਜ਼ੋਰ ਦੀ ਪੀੜ ਹੋਣ ਲੱਗੀ ਉਸ ਦੇ ਮੰਮੀ ਤਾਂ ਬੁਰੀ ਤਰ੍ਹਾਂ ਘਬਰਾ ਗਏ ਸਨ papa ਟੂਰ ਤੇ ਗਏ ਹੋਏ ਸਨ ਜਿਹੜੇ ਪੈਸੇ papa ਦੇ ਕੇ ਗਏ ਸਨ ਉਹ ਅੱਜ ਸਵੇਰੇ ਉਹਨਾਂ ਰਾਸ਼ਨ ਵਾਲੇ ਨੂੰ ਦੇ ਦਿੱਤੇ ਸਨ ਇਸ ਨਵੀਂ ਕਲੋਨੀ ਵਿੱਚ ਆਇਆ ਉਹਨਾਂ ਨੂੰ ਹਲੇ ਥੋੜਾ ਜਿਹੀ ਹੀ ਹੋਇਆ ਸੀ ਇਸ ਲਈ ਕਿਸੇ ਨਾਲ ਬਹੁਤੀ ਜਾਣ ਪਛਾਣ ਵੀ ਨਹੀਂ ਸੀ ਪਰ ਰਾਜੂ ਨੂੰ ਉਸੇ ਵੇਲੇ ਡਾਕਟਰ ਕੋਲ ਲੈ ਜਾਣ ਤੋਂ ਸવાય ਹੋਰ ਕੋਈ ਚਾਰਾ ਨਹੀਂ ਸੀ ਮੰਮੀ ਤੁਸੀਂ ਪੈਸਿਆਂ ਦੀ ਫਿਕਰ ਨਾ ਕਰੋ ਮੇਰੇ ਕੋਲ ਕਾਫੀ ਫੈਸੇ ਜੋੜੇ ਹੋਏ ਨੇ ਮੁੰਨੀ ਨੇ ਆਪਣੀ ਗੋਲਕ ਤੋੜ ਕੇ ਜਦੋਂ ਪੈਸੇ ਗਿਨੇ ਤਾਂ ਉਹ ਖੁਦ ਵੀ ਹਰਾਰ ਰਹਿ ਗਈ ਉਸ ਦੀ ਗੋਲਕ ਵਿੱਚੋਂ 1000 ਤੋਂ ਵੱਧ ਰੁਪਏ ਨਿਕਲੇ ਸਨ ਉਸੇ ਵੇਲੇ ਰਾਜੂ ਨੂੰ ਡਾਕਟਰ ਕੋਲ ਲੈ ਗਏ ਡਾਕਟਰ ਨੇ ਤੁਰੰਤ ਟੀਕਾ ਲਾ ਕੇ ਗੁੱਲੂ ਗੋਸ ਦੀ ਬੋਤਲ ਚੜਾ ਦਿੱਤੀ ਡਾਕਟਰ ਨੇ ਦੱਸਿਆ ਕਿ ਜੇ ਤੁਸੀਂ ਇੱਥੇ ਆਉਣ ਵਿੱਚ ਹੋਰ ਦੇਰ ਕਰ ਦਿੰਦੇ ਤਾਂ ਇਸ ਦੀ ਜਾਨ ਲਈ ਖਤਰਾ ਹੋ ਸਕਦਾ ਸੀ ਗੰਦੀਆਂ ਚੀਜ਼ਾਂ ਖਾਣ ਨਾਲ ਇਸ ਨੂੰ ਇਨਫੈਕਸ਼ਨ ਹੋ ਗਈ ਹੈ ਸਵियर ਹੋਣ ਤੱਕ ਰਾਜੂ ਕਾਫੀ ਆਰਾਮ ਮਹਿਸੂਸ ਕਰ ਰਿਹਾ ਸੀ ਦੇਖਿਆ ਬੱਚੂ ਜਿਸ ਪੈਨ ਨਾਲ ਤੂੰ ਲੜਦਾ ਰਹਿੰਦਾ ਸੀ ਤੇ ਜਿਸ ਦੇ ਕੁਝ ਸਮਝਾਉਣ ਤੇ ਉਸ ਨੂੰ ਵੱਡ ਖਾਨ ਨੂੰ ਪੈਂਦਾ ਸੀ ਅੱਜ ਉਸੇ ਭੈਣ ਵੱਲੋਂ ਕੀਤੀ ਬਚਤ ਨੇ ਤੇਰੀ ਜਾਨ ਬਚਾ ਲਈ ਰਾਜੂ ਨੇ ਇੱਕ ਵਾਰੀ मुन्नी ਵੱਲ ਤੱਕਿਆ ਤੇ ਫਿਰ ਜਹੀ ਆਖਿਆ ਥੈਂਕ ਯੂ मुन्नी ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਥੈਂਕ ਯੂ ਪਲੀਜ਼